ਦਿੱਲੀ ਸਥਿਤ ਭਾਰਤੀ ਜਨ ਸੰਚਾਰ ਸੰਸਥਾਨ IIMC ਵਿੱਚ ਅਕਾਦਮਿਕ ਵਰੇ 2021-22 ਲਈ ਦਾਖਲਿਆਂ ਦਾ ਅਮਲ ਸ਼ੁਰੂ ਹੋ ਗਿਆ ਹੈ ਇਸ ਸੰਸਥਾਨ ਵੱਲੋਂ ਜਨ ਸੰਚਾਰ ਵਿੱਚ ਕੋਈ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ ਕਰਵਾਏ ਜਾਂਦੇ ਨੇ ਇਸ ਸੰਬੰਧੀ ਸਾਰੇ ਵੇਰਵੇ www.iimc.gov.in ਵੈੱਬਸਾਈਟ ਤੇ ਵੇਖੇ ਜਾ ਸਕਦੇ ਨੇ ਇਹਨਾਂ ਕੋਰਸਾਂ ਵਿੱਚ ਦਾਖਲਿਆਂ ਲਈ ਅਪਲਾਈ ਕਰਨ ਦੀ ਅੰਤਿਮ ਤਾਰੀਖ 9 ਅਗਸਤ ਰੱਖੀ ਗਈ ਹੈ ਚਾਹਵਾਨ ਉਮੀਦਵਾਰ ਦਾਖਲੇ ਲਈ ਅਪਲਾਈ ਕਰ ਸਕਦੇ ਨੇ